ਭਾਰਤੀ ਟੀਮ ਦਾ ਪ੍ਰਦਰਸ਼ਨ ਏਸ਼ੀਆ ਕੱਪ ਲਈ ਸ਼ਾਨਦਾਰ ਜਾ ਰਿਹਾ। ਟੀਮ ਇੰਡੀਆ ਨੇ ਪਹਿਲੇ ਮੈਚ ਪਾਕਿਸਤਾਨ ਨੂੰ ਹਰਾਇਆ ਸੀ, ਜਦਕਿ ਦੂਜੇ ਮੈਚ ਵੀ ਭਾਰਤੀ ਟੀਮ ਹਾਂਗਕਾਂਗ ਨੂੰ ਹਰਾਉਣ ਲਈ ਕਾਮਯਾਬ ਰਹੀ। ਦੋਵਾਂ ਮੈਚਾਂ 'ਚ ਟੀਮ ਇੰਡੀਆ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਟੀਮ 'ਚ ਇੱਕ ਅਜਿਹਾ ਖਿਡਾਰੀ ਹੈ ਜਿਸਦਾ ਬੱਲਾ ਲੰਬੇ ਸਮੇਂ ਤੋਂ ਖਾਮੋਸ਼ ਦਿਖ ਰਿਹਾ। ਹੁਣ ਭਾਰਤੀ ਟੀਮ ਨੂੰ ਚੋਣ ਵਾਲੇ ਜਿੱਤ ਤੋਂ ਬਾਅਦ ਵੀ ਇਸ ਖਿਡਾਰੀ ਨੂੰ ਟੀਮ ਤੋਂ ਬਾਹਰ ਕਰਨ ਦੀ ਮੰਗ ਕਰ ਰਹੇ ਨੇ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ KL ਰਾਹੁਲ ਲੰਬੇ ਸਮੇਂ ਤੋਂ ਬੱਲੇ ਨਾਲ ਕੋਈ ਖਾਸ ਪ੍ਰਦਰਸ਼ਨ ਨਹੀਂ ਦਿਖਾ ਸਕੇ। ਇਹ ਬੱਲੇਬਾਜ਼ ਲਗਾਤਾਰ ਲੋਕਾਂ ਦੇ ਨਿਸ਼ਾਨੇ 'ਤੇ ਰਹਿੰਦਾ ਹੈ। ਪਾਕਿਸਤਾਨ ਨਾਲ ਮੈਚ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਖਿਲਾਫ਼ ਖਾਤਾ ਖੋਲ੍ਹੇ ਬਿਨਾਂ ਹੀ ਪਵੇਲੀਅਨ ਪਰਤਣ ਵਾਲੇ ਰਾਹੁਲ ਨੇ ਹਾਂਗਕਾਂਗ ਖਿਲਾਫ਼ ਵੀ ਕੁਝ ਖਾਸ ਪ੍ਰਦਰਸ਼ਨ ਨਹੀਂ ਕੀਤਾ। ਰਾਹੁਲ ਨੇ 39 ਗੇਂਦਾਂ 'ਚ ਕੁੱਲ 36 ਦੌੜਾਂ ਬਣਾਈਆਂ। ਇਸ ਦੌਰਾਨ ਉਸਦਾ ਸਟ੍ਰਾਈਕ ਰੇਟ 100 ਤੋਂ ਵੀ ਘੱਟ ਰਿਹਾ। ਰਾਹੁਲ ਦੇ ਮਾੜੇ ਪ੍ਰਦਰਸ਼ਨ ਕਾਰ ਟੀਮ ਇੰਡੀਆ ਨੂੰ ਤੇਜ਼ ਸ਼ੁਰੂਆਤ ਨਹੀਂ ਮਿਲ ਰਹੀ, ਜਿਸਦਾ ਸਭ ਤੋਂ ਵੱਡਾ ਕਾਰਨ KL ਰਾਹੁਲ ਨੂੰ ਮੰਨਿਆ ਜਾ ਰਿਹਾ। ਇਸੇ ਖਰਾਬ ਪਾਰੀ ਤੋਂ ਬਾਅਦ KL ਰਾਹੁਲ ਲੋਕਾਂ ਦੇ ਨਿਸ਼ਾਨੇ 'ਤੇ ਨੇ। ਸੋਸ਼ਲ ਮੀਡੀਆ 'ਤੇ ਲੋਕ KL ਰਾਹੁਲ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਨੇ। ਕੁਝ ਲੋਕ ਰਾਹੁਲ ਨੂੰ ਟੈਸਟ ਬੱਲੇਬਾਜ਼ ਕਹਿ ਰਹੇ ਨੇ। ਇਸੇ ਨਾਲ ਇਹ ਕੁਝ ਲੋਕਾਂ ਨੇ ਮੰਗ ਕੀਤੀ ਹੈ ਕਿ KL ਰਾਹੁਲ ਨੂੰ ਜਲਦੀ ਟੀਮ ਤੋਂ ਬਾਹਰ ਕੀਤਾ ਜਾਣਾ ਚਾਹੀਦਾ। ਇਸੇ ਦੌਰਾਨ ਰਾਹੁਲ ਨੂੰ ਲੈ ਕੇ ਕਈ ਤਰ੍ਹਾਂ ਦੇ ਟਵੀਟ ਵੀ ਵਾਇਰਲ ਹੋ ਰਹੇ ਨੇ। ਭਾਰਤੀ ਟੀਮ ਦਾ ਹਾਂਗਕਾਂਗ ਖਿਲਾਫ਼ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਸੂਰਿਆ ਕੁਮਾਰ ਯਾਦਵ ਨੇ 26 ਗੇਂਦਾਂ 'ਚ 68 ਦੌੜਾਂ ਅਤੇ ਵਿਰਾਟ ਕੋਹਲੀ ਦੀ ਨਵਾਦ 59 ਦੌੜਾਂ ਦੀ ਧਮਾਕੇਦਾਰ ਪਾਰੀ ਨੇ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾ ਦਿੱਤਾ। ਇਸੇ ਨਾਲ ਭਾਰਤੀ ਟੀਮ ਨੇ ਹੁਣ ਸੁਪਰ 4 'ਚ ਧਮਾਕੇਦਾਰ ਐਂਟਰੀ ਕਰ ਲਈ ਹੈ। ਏਸ਼ੀਆ ਕੱਪ 2022 'ਚ ਭਾਰਤੀ ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਬਿਊਰੋ ਰਿਪੋਰਟ, ਏਵੀ ਨਿਊਜ਼ ਪੰਜਾਬੀ। ਦੇਸ਼ ਦੁਨੀਆ ਦੀਆਂ ਨਵੀਆਂ ਤੇ ਤਾਜ਼ੀਆਂ ਤਰੀਨ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰੋ।